ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਮਹੱਤਵਪੂਰਨ ਪ੍ਰੋਗਰਾਮ ਕਰਾਂਗੇ ਸਾਡੇ ਨਾਲ ਮੌਜੂਦ ਨੇ ਰਿਫਿਊਜ਼ਲ ਕੇਸਸ ਨੂੰ ਪੀਪੀਆਰ ਦਿਵਾਉਣ ਵਾਲੇ ਬਾਦਸ਼ਾ ਤੀਰਤ ਸਿੰਘ ਪਿਨੇਕਲ ਪਿਨੇਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਡ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਪੰਜਾਬ ਦੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਵਿਦਿਆਰਥੀਆਂ ਦੇ ਵਿੱਚ ਬਹੁਤ ਜ਼ਿਆਦਾ ਹਰਮਨ ਪਿਆਰੇ ਨੇ ਔਰ ਇਸ ਗੱਲ ਲਈ ਵੀ ਬੜੇ ਜਾਣੇ ਜਾਂਦੇ ਨੇ ਤੀਰਤ ਜੀ ਕਿ ਫਾਈਲ ਦੇ ਵਿੱਚ ਖੁਦ ਤੀਰਤ ਜੀ ਆਪ ਹੀ ਫਾਈਲ ਦੇ ਵਿੱਚ ਸਮਾ ਜਾਂਦੇ ਨੇ ਸੋ ਪੂਰੀ ਫਾਈਲ ਪੜ ਲੈਂਦੇ ਨੇ ਉੱਪਰ ਤੋਂ ਹੇਠਾਂ ਤੱਕ ਔਰ ਫਿਰ ਰੀਲੌਡ ਕਰਦੇ ਨੇ ਸਟੂਡੈਂਟ ਨੂੰ ਐਡਵਾਈਸ ਕਰਦੇ ਨੇ ਸੋ ਹੁਣ ਅੱਜ ਵਿਸ਼ਾ ਬੜਾ ਮਹੱਤਵਪੂਰਨ ਹੈ ਕੈਨੇਡਾ ਨੇ ਬਹੁਤ ਸਾਰੀਆਂ ਫਾਈਲਾਂ ਦੇ ਰਿਜ਼ਲਟ ਨਹੀਂ ਦਿੱਤੇ ਜੁਲਾਈ ਅਗਸਤ ਸਤੰਬਰ ਅਕਤੂਬਰ ਬਹੁਤ ਸਾਰੇ ਵਿਦਿਆਰਥੀ ਨੇ ਜਿਨ੍ਹਾਂ ਨੂੰ ਉਹਨਾਂ ਦੀਆਂ ਫਾਈਲਾਂ ਦੇ ਰਿਜ਼ਲਟ ਨਹੀਂ ਮਿਲੇ ਅਸਲ 'ਚ ਕੈਨੇਡਾ ਨੇ ਇਹ ਫਾਈਲਾਂ ਨੂੰ ਕਿਉਂ ਰੋਕਿਆ ਆ ਹੋ ਕੀ ਰਿਹਾ ਤਿਰਤ ਜੀ ਇਹ ਜਾਨਣਾ ਚਾਹੂੰਗਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਸਿਕਾ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਛੋਟਾ ਜਿਹਾ ਟਾਪਿਕ ਹੈ ਕੈਨੇਡਾ ਨੇ ਫਾਈਲਾਂ ਰੋਕੀਆਂ ਕਿਉਂ ਹੈ ਇਹ ਹੋ ਕੀ ਰਿਹਾ ਬਿਲਕੁਲ ਸਰ ਇਹ ਜਿਹੜਾ ਟਾਪਿਕ ਹੈ ਨਾ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਮੈਨੂੰ ਲੱਗਦਾ ਹੈ ਕਿ ਮੇਨ ਕਨਸਰਨ ਟਾਪਿਕ ਇਹੀ ਹੈ ਕਿ ਹਰ ਤਰ੍ਹਾਂ ਨਾ ਕਹਿੰਦੇ ਨਾ ਜਦੋਂ ਨਾਲਦਿਆਂ ਨੇ ਅਸੀਂ ਕੋਈ ਗਲਤੀ ਨਹੀਂ ਕੀਤੀ ਅਸੀਂ ਸਮਾ ਰਹਿੰਦੇ ਆਪਣੀ ਫਾਈਲ ਲਈ ਬਟ ਸਾਡੇ ਤੋਂ ਬਾਅਦ ਵਿੱਚ ਵੀਕ ਪ੍ਰੋਫਾਈਲ ਵਾਲੇ ਨੇ ਫਾਈਲ ਲੋਚੀ ਤੇ ਉਹ ਵੀਜ਼ਾ ਲੈ ਕੇ ਟਿਕਟ ਲੈ ਕੇ ਚਲਾ ਵੀ ਗਿਆ ਤੇ ਮੈਂ ਇਹ ਚੀਜ਼ ਨੂੰ ਸਮਝ ਸਕਦਾ ਕਿਤੇ ਨਾ ਕਿਤੇ ਇਹ ਚੀਜ਼ ਨਜਾਇਜ਼ ਮੈਂ ਕਹਿੰਗਾ ਤੱਕਾ ਵੀ ਹੋਇਆ ਸਟੂਡੈਂਟਸ ਨਾਲ ਕਿਉਂਕਿ ਸਟੂਡੈਂਟਸ ਨੂੰ ਸਮਝ ਨਹੀਂ ਪਾ ਲੱਗ ਰਿਹਾ ਕਿ ਗਲਤੀ ਕਿੱਥੇ ਹੋ ਗਈ ਸਾਰਾ ਕੁਝ ਹੋ ਗਿਆ ਬਾਇਓਮੈਟ੍ਰਿਕ ਵੀ ਸਿਗੇ ਪਹਿਲੋਂ ਹੋਏ ਹੋਏ ਸੀਗੇ ਮੈਡੀਕਲ ਵੀ ਅਪਡੇਟ ਹੋ ਗਿਆ ਸਾਰਾ ਕੁਝ ਔਨ ਟਾਈਮ ਕਰਾਇਆ ਕਿਤੇ ਏਜੰਟ ਦੀ ਗਲਤੀ ਤਾਂ ਨਹੀਂ ਕਿਉਂਕਿ ਇਹ ਚੀਜ਼ਾਂ ਨਾ ਬਹੁਤ ਇੱਕ ਵੱਡਾ ਸਵਾਲ ਹੈਗਾ ਤੇ ਬਟ ਮੈਂ ਦੁਬਾਰਾ ਤੁਹਾਨੂੰ ਦੱਸੂਗਾ ਅਸੀਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਯੈਸ ਟਾਈਮ ਲਾਈਨ 15 ਦਿਨ ਦੇ ਵਿੱਚ ਐਸ ਡੀ ਐਸ ਕੈਟਾਗਰੀ ਦੇ ਰਿਜ਼ਲਟ ਵੀ ਜਿਹੜੇ ਕਿ ਔਨ ਐ ਸਟਾਰਟ ਹੋਏ 15 16 17 1 ਮੋਹੋਤ ਸਾਰੇ ਬੱਚੇ ਟਾਮੇਟਾ ਮੇ ਉਹ ਬੱਚੇ ਆ ਕਿ ਜਿਹੜੇ ਰਿਜ਼ਲਟਸ ਅਜੇ ਨਹੀਂ ਆਏ ਪੋਜ਼ਿਟਿਵਿਟੀ ਦੀ ਗੱਲ ਕਰੂੰਗਾ ਬੇਟਾ ਹਰ ਲਾਈਵ ਸ਼ੋਅ ਦੇ ਤੁਸੀਂ ਮੈਂ ਸਭ ਤੋਂ ਪਹਿਲਾਂ ਤੁਹਾਡਾ ਥੈਂਕ ਯੂ ਕਰਨਾ ਚਾਹੂੰਗਾ ਸਰਦਾ ਵੀ ਬੱਚਿਆਂ ਦਾ ਵੀ ਜਿਹੜੇ ਕਿ ਬਹੁਤ ਇੱਕ ਵੱਡੇ ਨੰਬਰ 'ਚ ਪਿਆਰ ਕਰਦੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੇਟਾ ਉੱਥੇ ਵਿਊਜ਼ ਹੁੰਦੇ ਆ ਜ਼ਿਆਦਾਤਰ ਬੱਚੇ ਕਿਹੜੇ ਲਾਈਵ ਸ਼ੋਅ ਦੇ ਨਾਲ ਜੁੜਦੇ ਆ ਜਿਨ੍ਹਾਂ ਦਾ ਹਜੇ ਤੱਕ ਰਿਜ਼ਲਟ ਨਹੀਂ ਆਇਆ ਜਿਹੜੇ ਆਪਣੀ ਅਜੇ ਰਿਜ਼ਲਟ ਦੀ ਵੇਟ ਕਰ ਰਹੇ ਆ ਸੋ ਟੈਨਸ਼ਨ ਉਦੋਂ ਹੁੰਦੀ ਆ ਜਦੋਂ ਆਪਾਂ ਇਕੱਲੇ ਰਹਿ ਗਏ ਅਸੀਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਟਾਈਮ ਲਾਈਨ ਬਟ ਯੈਸ ਇਹ ਵੀ ਸੱਚਾਈ ਹੈ ਕਿ ਇਵਨ ਸਾਡੀਆਂ ਲੋਜਿਕੀਤੀਆਂ ਉਹ ਫਾਈਲ ਪੈਨੈਕਲ ਦੇ ਨਾਂ ਤੋਂ ਲੋਜਿਕੀਆਂ ਫਾਈਲ ਵੀ ਹਜੇ ਰਿਜ਼ਲਟ ਪੈਂਡਿੰਗ ਆ ਚਾਹੇ ਉਹ ਸਪਟੰਬਰ ਚ ਲੱਗੀਆਂ ਆਗਸ ਚ ਲੱਗੀਆਂ ਅਕਤੂਬਰ ਚਾ ਇਵਨ ਕਿ ਹਜੇ ਤਾਂ ਸਾਡੀਆਂ ਇੱਕ ਦੋ ਪ੍ਰੋਫਾਈਲਸ ਉਹ ਵੀ ਹੈ ਜਿਹੜੀਆਂ ਸ ਤੋਂ ਪੁਰਾਣੀਆਂ ਫਾਈਲਸ ਵੀ ਲੱਗੀਆਂ ਹੋਈਆਂ ਹਜੇ ਤੱਕ ਰਿਜ਼ਲਟ ਨਹੀਂ ਆਇਆ ਸੋ ਇਹਦਾ ਆਨਸਰ ਲੈਣ ਲਈ ਬੱਚੇ ਕਈ ਵਾਰੀ ਨਾ ਬੜੇ ਜਿਵੇਂ ਕਿ ਸਟ्रेस ਲੈ ਲੈਂਦੇ ਆ ਕਿ ਹਾਂਜੀ ਆਪਾਂ ਬਾਰ-ਬਾਰ ਵੈਫ ਔਰਮ ਰੇਸ ਕਰੀਏ ਬਾਰ-ਬਾਰ ਜਾਂ ਕਾਲ ਕਰਨੀ ਸ਼ੁਰੂ ਕਰੀਏ ਬਟ ਮੈਂ ਦੁਬਾਰਾ ਦਸੂਗਾ ਆਪਾਂ ਮੇਰੇ ਲਈ ਮੰਨਣਾ ਕਿ ਜਦ ਤੱਕ ਜਿੰਨੀ ਦੇਰ ਫਾਈਲ ਐਮਬੈਸੀ ਦੇ ਵਿੱਚ ਆ 19 ਦਿਨ ਹੀ ਆਪਣੀ ਵੀਜ਼ਾ ਉੰਦੀ ਉਮੀਦਾਂ ਵਾਂ ਤੇ ਮੈਂ ਬੱਚਿਆਂ ਦਾ ਨੁਕਸਾਨ ਹੁੰਦਾ ਦੇਖਿਆ بار بار ਵੈਬ ਫਾਰਮ ਰੇਜ਼ ਕਰਦੇ ਹੋ ਕਿ ਮੇਰਾ ਰਿਜ਼ਲਟ ਕਦੋਂ ਆਜੂ ਰਿਜ਼ਲਟ ਕਦੋਂ ਆਜੂ ਬੇਟਾ ਰਿਜ਼ਲਟ ਨਹੀਂ ਅਸੀਂ ਵੀਜ਼ਾ ਲੈਣਾ ਵਧੀਆ ਫਾਈਲਸ ਵੀ ਮੇਰੇ ਕੋਲ ਡੇਲੀ ਬੇਟਾ ਬੱਚੇ ਤੁਸੀਂ ਆਉਂਨੇ ਆ ਵਿਜ਼ਿਟ ਕਰਦੇ ਆ ਇੱਕ ਬੱਚੇ ਜਦੋਂ ਆਪ ਦੱਸਦੇ ਆ ਕਿ ਸਰ ਜਦੋਂ ਕਾਲਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਨਾ ਕਾਲ ਅਟੈਂਡ ਵੀ ਹੋਈਆਂ ਨਾਲ ਹੀ 24 ਘੰਟੇ ਦੇ ਸਾਨੂੰ ਜਿਹੜਾ ਕਿ ਸਾਡਾ ਰਿਜ਼ਲਟ ਹੋ ਗਿਆ ਤੇ ਜੇ ਉਹਨਾਂ ਦੀ ਫਾਈਲ 'ਚ ਕਮੀ ਲੱਭਣ ਕਮੀ ਕੋਈ ਲੱਭ ਨਹੀਂ ਰਹੀ ਹਰ ਚੀਜ਼ ਬਹੁਤ ਵਧੀਆ ਹੋਈ ਆ ਸੋ ਇਸੇ ਲਈ ਮੈਂ ਕਹਾਂਗਾ ਕਿ ਕਿਸੇ ਦੇ ਹੱਥ ਵਸ ਨਹੀਂ ਇਹ ਤੁਹਾਡੀ ਫਾਈਲ ਕਿੱਥੋਂ ਲੱਗੀ ਆ ਇਹ ਵੀ ਮੈਟਰ ਨਹੀਂ ਕਰਦਾ ਤੁਹਾਡੀ ਫਾਈਲ ਕਿਹੜੇ ਪੋਰਟਲ ਤੋਂ ਲੱਗੀ ਜੜਾ ਹੈ ਪੁਰਾਣੇ ਪੋਰਟਲ ਤੋਂ ਲੱਗੀ ਚਾਹੇ ਨਵੇਂ ਪੋਰਟਲ ਤੋਂ ਲੱਗੀ ਆ ਇਹ ਵੀ ਮੈਟਰ ਨਹੀਂ ਕਰਦਾ ਮੈਟਰ ਕਰਦਾ ਸਿਰਫ ਤੁਹਾਡਾ ਸਮਾਂ ਬੇਟਾ ਮੈਟਰ ਕਰਦਾ ਤੇ ਮੈਂ ਦੁਬਾਰਾ ਕਹਾਂਗਾ ਜ ਜਿਨ੍ਹਾਂ ਦੇ ਰਿਜ਼ਲਟ ਨਹੀਂ ਆਇਆ ਸਮਾਂ ਉਹਨਾਂ ਦਾ ਵੀ ਵਧੀਆ ਵਾ ਕਿਉਂਕਿ ਰਿਜ਼ਲਟ ਪੀਪੀਆਰ ਵਾਧੂ ਆਈਆਂ ਰਿਫਿਊਜ਼ਲਾਂ ਵੀ ਵਾਧੂ ਆਈਆਂ ਸੋ ਆਪਾਂ ਉਮੀਦ ਤਾਂ ਕਰ ਸਕਦੇ ਆ ਨਾ ਕਿ ਅਜੇ ਰਿਜ਼ਲਟ ਨਹੀਂ ਆਇਆ ਸਾਡੀ ਫਾਈਲ ਅੰਬੈਸੀ ਦੇ ਵਿੱਚ ਹੈ ਕਿ ਆਪਾਂ ਵੀਜ਼ਾ ਦੀ ਉਮੀਦ ਕਰ ਸਕਦੇ ਆ ਦੂਸਰੀ ਗੱਲ ਜਿਹੜੀ ਚੀਜ਼ ਹੈਗੀ ਆ ਖਾਸ ਤੌਰ ਤੇ ਕਿਸੇ ਵੀ ਬੱਚੇ ਨੇ ਮਿਸ ਨਹੀਂ ਕਰਨੀ ਜਿਹੜੇ ਮਰਜ਼ੀ ਮਹੀਨੇ ਦੀ ਫਾਈਲ ਲੱਗੀ ਹੋਈ ਹੋਵੇ ਡੈਫਰਮੈਂਟ ਦੀ ਡੈਡ ਲਾਈਨ ਨਹੀਂ ਮਿਸ ਕਰਨੀ ਆ ਟਾਈਮਲੀ ਡੈਫਰਮੈਂਟ ਕਰ ਲੋ ਸ਼ਾਇਦ ਹੋ ਸਕਦਾ ਆ ਆਲਰੇਡੀ ਤੁਸੀਂ ਲੇਟ ਹੋ ਗਏ ਪਰ ਜਿੰਨਾ ਹੋ ਸਕੇ ਟਾਈਮਲੀ ਉਹ ਮੌਕਾ ਸੰਭੋ ਡੈਫਰਮੈਂਟ ਕਰਦੇ ਜਦੋਂ ਵੀ ਤੁਹਾਨੂੰ ਜਿਹੜੇ ਮਰਜ਼ੀ ਇਨਟੇਕ ਦੀ ਚਾਹੇ ਮਈ ਦੀ ਸਪਟੰਬਰ ਦੀ ਤੁਹਾਨੂੰ ਐਲਓਏ ਆਉਂਦੀ ਆ ਨਾਲ ਦੀ ਨਾਲ ਜਿਹੜਾ ਵੈਬ ਫਾਰਮ ਦਾ ਸਹੀ ਪਰਪਸ ਹੈਗਾ ਵਾ ਵੀਜ਼ਾ ਆਫੀਸਰ ਨਾਲ ਕਮਿਊਨੀਕੇਟ ਕਰਨ ਦਾ ਆਪਣੀ ਫਾਈਲ ਦਾ ਸਟੇਟਸ ਨੂੰ ਅਪਡੇਟ ਕਰਨ ਦਾ ਨਾਲ ਦੀ ਨਾਲ ਅਪਡੇਟਡ ਐਲਓਏ ਕਰ ਦਿਓ ਕਈ ਵਾਰੀ ਇਹ ਵੀ ਮਨ ਚ ਬੜਾ ਵਹਿਮ ਹੁੰਦਾ ਵਾ ਪਤਾ ਨਹੀਂ ਮੇਰਾ ਰਿਜ਼ਲਟ ਹੋਰ ਨਾ ਡਿਲੇ ਹੋ ਜAVE ਕਿਤੇ ਵੀਜ਼ਾ ਆਫੀਸਰ ਉਹ ਨਾ ਦੇਖੇ ਤੇ ਅੱਜ ਮੈਂ ਕਿ ਤੁਹਾਨੂੰ ਇੱਕ ਐਗਜ਼ਾਮਪਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੁਸੀਂ ਇੱਕ ਟ੍ਰੇਨ ਦੀ ਟਿਕਟ ਲਈ ਸ਼ਤਾਬਦੀ ਦੀ ਟਿਕਟ ਲਈ ਕੱਲ ਦੀ ਟਿਕਟ ਲਈ ਆ ਤੇ ਮੀਨਸ ਤੁਸੀਂ ਕੱਲ ਹੀ ਉਹਦੇ ਵਿੱਚ ਜਾਓਗੇ ਤੁਹਾਡੀ ਜਿਹੜੀ LOA ਨਾ ਉੱਤੇ ਡੇਟ ਲਿਖੀ ਆ ਕਿ ਮੇਰੀ ਕਲਾਸ 6 ਜਨਵਰੀ ਨੂੰ ਸਟਾਰਟ 5 ਜਨਵਰੀ ਨੂੰ ਸਟਾਰਟ 10 ਜਨਵਰੀ ਨੂੰ ਵਾਟਸਐਪਰ ਜੋ ਡੇਟ ਹੈਗੀ ਆ ਤੇ ਤੁਹਾਡਾ ਉਦੋਂ ਜੇ ਨਹੀਂ ਪਹੁੰਚਦੇ ਵੀਜ਼ਾ ਆਫੀਸਰ ਦੇਖਦਾ ਕਿ ਹਾਂਜੀ ਇਹਦੀ ਤਾਂ ਸਟਾਰਟ ਡੇਟ ਹੈਗੀ ਆ ਇਹਨੇ ਤਾਂ ਅਪਡੇਟਿੰਗ ਕੀਤਾ ਜੇ ਹੁਣ ਇਹਨੂੰ ਵੀਜ਼ਾ ਦਿੰਦਾ ਇਹ ਕਦੋਂ ਪਹੁੰਚੇਗਾ ਸੋ ਇਹ ਚੀਜ਼ਾਂ ਮੈਂ ਉਹ ਤਾਂ ਡਿਸਕਸ ਕਰਦਾ ਪ੍ਰੈਕਟੀਕਲ ਗੱਲਾਂ ਜਿਹੜੀ ਕਿ ਪਾਸ ਦੇ ਵਿੱਚ ਵੀ ਸਟੂਡੈਂਟ ਦੇ ਨਾਲ ਨੁਕਸਾਨ ਹੋਇਆ ਸੋ ਇਸ ਚੀਜ਼ ਦਾ ਖਿਆਲ ਰੱਖਣਾ ਅਸੀਂ ਤੁਹਾਡੇ ਨਾਲ ਪਿਛਲੀ ਵੀਡੀਓ ਚ ਸਾਂਝੀ ਵੀਆਂ ਕੀਤੀਆਂ ਸੀ ਮੇਨਟੇਕ ਵਾਲੇ ਬੱਚੇ ਵੀ ਵੀਜ਼ਾਸ ਲੈ ਕੇ ਬੈਠੇ ਆ ਸਪਟੰਬਰ ਇਨਟੇਕ ਵਾਲੇ ਬੱਚੇ ਵੀ ਥੋੜੇ ਬੱਚੇ ਆ ਵੀਜ਼ਾ ਸੇ ਲੈ ਕੇ ਬੈਠ ਚੁੱਕੇ ਆ ਆ ਚੁੱਕੇ ਆ ਇਨਟੇਕ ਨਹੀਂ ਮੈਟਰ ਕਰਦਾ ਤੁਸੀਂ ਫਾਈਲ ਕਦੋਂ ਲੋਗੀ ਉਹ ਮੈਟਰ ਕਰਦਾ ਬਟ ਫਾਈਲ ਦਾ ਸਟੇਟਸ ਤੁਹਾਡਾ ਕਾਲਜ ਯੂਨੀਵਰਸਿਟੀ ਤੁਹਾਡਾ ਸਪான்ਸਰ ਆ ਉਹ ਡੇਟ ਤੋਂ ਕਿਤੇ ਆਪਾਂ ਕਰਾਸ ਨਾ ਕਰ ਜਾਈਏ ਚਾਹੇ ਇਹ ਬਹੁਤ سارے ਬੱਚੇ ਸੀ ਜਿਹਨਾਂ ਦਾ ਨੁਕਸਾਨ ਹੋਇਆ ਸਾਡੇ ਲਈ ਤੇ ਇੱਕ ਬੱਚਾ ਵੀ ਬਹੁਤ ਇੰਪੋਰਟੈਂਟ ਆ ਸੋ ਹਰ ਬੱਚਾ ਤੁਹਾਡਾ ਏਜੰਟ ਕੀ ਕਹਿੰਦਾ ਬਟ ਅਸੀਂ ਤੁਹਾਡੇ ਨਾਲ ਉਹ ਗੱਲਾਂ ਕਰਦੇ ਆ ਜਿਹੜੀਆਂ ਕਿ ਟੈਕਨੀਕਲ ਗੱਲਾਂ ਫੈਕਸ ਵਾਲੀਆਂ ਗੱਲਾਂ ਜਿਹੜੀਆਂ ਕਿ ਤੁਹਾਡੇ ਲਈ ਕੰਮ ਦੀਆਂ ਹੋਣੀਆਂ ਇਹਦੇ ਚ ਸਾਡਾ ਕੋਈ ਪਰਸਨਲ ਫਾਇਦਾ ਨਹੀਂ ਜੇਕਰ ਤੁਸੀਂ ਕਿਸੇ ਹੋਰ ਲਵਾਈ ਆ ਮੈਂ ਮੇਰਾ ਤਾਂ ਇਹੀ ਮੰਨਣਾ ਕੋਈ ਨਹੀਂ ਚੱਲ ਜਾਾਂਗੇ ਠਹਿਰ ਗਏ 6 ਮਹੀਨੇ ਨੂੰ ਚੱਲ ਜਾਾਂਗੇ ਬਟ ਵੀਜ਼ਾ ਤਾਂ ਲੈ ਲੀਏ ਜਾਵਾਂਗੇ ਤੇ ਤਾਂ ਹੀ ਨਾ 에어ਪੋਰਟ ਤੇ ਵੀ ਤਾਂ ਹੀ ਜਾਵਾਂਗੇ ਪਲੇਨ 'ਚ ਤਾਂ ਹੀ ਬੈਠਾਂਗੇ ਜੇ ਵੀਜ਼ਾ ਲੱਗਾ ਹੋਊਗਾ ਸੋ ਆਪਾਂ ਆਪਣੀ ਫਾਈਲ ਤੇ ਕੋਈ ਗਲਤੀ ਦੀ ਗੁੰਜਾਇਸ਼ ਜਾਂ ਸਾਹਮਣੇ ਵਾਲੇ ਵੀਜ਼ਾ ਆਫੀਸਰ ਨੂੰ ਮੌਕਾ ਨਹੀਂ ਦੇਣਾ ਕਿ ਯੈਸ ਸਾਡੀ ਫਾਈਲ 'ਚ ਕਮੀ ਲੱਭ ਕੇ ਰਿਫਿਊਜ਼ ਕੀਤਾ ਜਾਵੇ ਤੇ ਮੇਰੀ ਦਾ ਹਰ ਬੱਚੇ ਲਈ ਹੀ ਪ੍ਰੇਆ ਜੇ ਸਾਡੇ ਘਰ ਤੇ ਵੀਜ਼ਾਸ ਆਉਂਦਾ ਬਹੁਤ ਬੱਚੇ ਹੀ ਪੁੱਛਦੇ ਸਰ ਰਿਜ਼ਲਟ ਕਦੋਂ ਆਊਗਾ ਤੇ ਜਲਦੀ ਤੋਂ ਜਲਦੀ ਰਿਜ਼ਲਟ ਹਰ ਪ੍ਰੋਫਾਈਲ ਨੂੰ ਦੇਖਣ ਨੂੰ ਮਿਲੇ ਪਰ ਹਰ ਬੱਚੇ ਨੂੰ ਮੈਂ ਇਹੀ ਕਹਾਂਗਾ ਹੌਸਲਾ ਬਣਾਈ ਰੱਖੋ ਸਪੈਸ਼ਲੀ ਪੇਰੈਂਟਸ ਨੂੰ ਕਹਾਂਗਾ ਬੱਚਿਆਂ ਨੂੰ ਜਰੂਰ ਮੋਟੀਵੇਟ ਰੱਖੋ ਤੇ ਮੋਟੀਵੇਟਰ ਐਲਨ ਜਰੂਰ ਸਾਡਾ ਚੈਨਲ ਵੀ ਸਬਸਕ੍ਰਾਈਬ ਕਰੋ ਤੇ ਉਮੀਦ ਕਰਦਾ ਜਲਦੀ ਤੋਂ ਜਲਦੀ ਸਾਰੇ ਬੱਚਿਆਂ ਦਾ ਰਿਜ਼ਲਟ ਉਹਨੂੰ ਦੇਖਣ ਨੂੰ ਜਰੂਰ ਮਿਲਣ। ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ 85578 85578 ਤੁਸੀਂ ਵੀ ਅਗਰ ਫਾਈਲ ਲਗਾਉਣੀ ਹੈ ਮਈ ਔਰ ਸੈਪਟੈਂਬਰ ਦੇ ਲਈ ਤੀਰਤਜੀ ਕੋਲੇ ਬਹੁਤ ਆਪਸ਼ਨਸ ਨੇ ਰੀ ਅਪਲਾਈ ਕਰਨੀ ਹੈ ਫਿਰ ਤਾਂ ਬਹੁਤ ਜ਼ਿਆਦਾ ਆਪਸ਼ਨਸ ਨੇ ਤੁਰੰਤ ਮਿਲੋ ਪਰਸਨਲੀ ਮਿਲੋ ਥੈਂਕ ਯੂ ਸੋ ਮੱਚ